तेन पता नहीं आपा बाबे भरम दास दी चौंकी भरन जाना थी। वाहेगुरु वाहेगुरु करे कर बेबे, ये बाबिया बूबे ने किसी गल शांति नहीं रहन देनी। खबरदार प्राणी आ, बाबे ता बहुत करनी वाले ने। हो इस संसार च सुखी कौन, ये ता दुखां दा घर है। इसे करके परमात्मा ने तुहाडे अर्गे दीन दुखियां दा दुख दूर करन दी साडी ड्यूटी लई। कौरव मित्रों, जय वर्धन, जय सूर्य मुरलीधर। जा जाके सस ने घोल के पानी च पला दी, तेरे मगर ऐ भजी फिरू जिमें बकरी पिछे लेला। बीबी जे सही काम कराउणा ता आ सोने दी चूड़ी बाबा जी दे चरणा च चढ़ा दे। मूर्ख, बाबे दुनियावी चीजां नू हाथ नहीं लाउंदे, इत्थे रख दे। भगता तू बाहर देख किन्नियां कसामियां होर ने। बाबा जी बाहर अजे तीन चार भगत होर हैगे आ, पर सारे दे सारे प्रतापे दे सताए होए आ। ओए तेन एक बार फिर कहने, चुप कर, साढ़े पैसे दे दे या साढ़ा माल। नाले तू प्रतापे नू चंगी तरह जानदा है। जो मैं सच बोलदा तो फिर प्रतापे का कदा डर। ਰੱਬ ਦਾ ਵਾਸਤਾ ਇਹਨੂੰ ਨਾ ਮਾਰਿਓ, ਆ ਲਓ ਆਪਣੇ ਪੈਸੇ। फिकर ना करो, सब ठीक हो जू। आ पहली गोली तुसी निन्ने कालजे लेनी है वाहिगुरु कह के, नाले जाने गुरुद्वारे सैर हो जू। आ दूसरी गोली तुसी रहराज दे टाइम लेनी है ते गुरुद्वारे मत्था टेक के आना है, ठीक है? अला पांची, वाहिगुरु वाहिगुरु लो देख लो मेरे भरा दे, मैं पिछे पै रहिंदे जे, अज संगरांद सीगी साडे तो पहला मत्था टेक के आ गया गुरुद्वारे। मामा जी, हाँ जी, बड़ा मामा बुड्ढा मत्था नहीं टेकन गए, उधर जुत्तियां चकन गए सी। मैं भी हैरान सा, ये साला झूठे कोट तड़के तड़के किवें उठ खड़िया। शक सी पे दाल च कुछ काला,
ਇਹ ਤਾਂ ਦਾੜੀ ਸਾਰੀ ਮਾਂ ਦੀ ਨਿਕਲੀ ਆ। ਆ ਕੀ ਚੰਨ ਚੜ੍ਹ ਕੇ ਆਇਆ ਹੈ, ਆ ਕੀ ਚੰਨ ਚੜ੍ਹ ਕੇ ਆਇਆ ਤੂੰ? ਉਹ ਜੀਜਾ ਹਫ਼ਤਾ ਹੋ ਗਿਆ ਸੀ ਜੁੱਤੀ ਟੁੱਟੀ ਨੂੰ, ਆ ਪੈਰ ਮੱਚਦੇ ਸੀ। ਮੈਨੂੰ ਕਿਹਨੂੰ ਇਹ ਮਾੜੇ ਕੰਮਾਂ ਦੇ ਦਰਗਾਹ ਹੀ ਲਿਖੇ ਦੇਣੇ ਪੈਣੇ ਆ। ਜੁੱਤੀ ਟੁੱਟੀ ਹੋਈ ਤੈਨੂੰ ਦੀਗੀ ਨਾ ਮੇਰੀ ਨਾ, ਇਹਨੂੰ 2 ਮਹੀਨੇ ਹੋ ਗਏ, ਤੈਨੂੰ ਇਹ ਨਾ ਤੈਨੂੰ ਦਿਸੀ। ਕੁੱਟਣ ਗਏ ਓਏ, ਤੈਨੂੰ ਮਾਰ ਪੈਣੀ ਚਾਹੀਦੀ ਆ, ਜਿਹਨੇ ਗੁਰਦੁਆਰੇ ਨੂੰ ਨੀ ਬਖਸ਼ਿਆ, ਗੁਰੂ ਘਰ ਨੂੰ ਨੀ ਬਖਸ਼ਿਆ, ਪਾ ਝੋਲੇ ਜਾ ਜੀਜਾ, ਐਤਕੀ ਰਹਿਣ ਵੇ, ਚੱਲ ਵਗ ਜਾ। ਬੀਬੀ 100 ਰੁਪਏ ਦਾ ਤਾਂ ਰਬੜ ਦਾ ਗੁੱਡਾ ਨਹੀਂ ਆਉਂਦਾ, ਤੂੰ ਅਸਲੀ ਭਾਲਦੀ ਆ? ਆ ਦੇ ਸਾਰੇ ਹੀ, ਬਾਬੇ ਆਪੇ ਕਿਰਪਾ ਕਰਨਗੇ। ਬਾਬਾ ਜੀ ਕਰ ਦਿਓ ਕਿਰਪਾ। ਭਗਤਣੀਏ ਮੁੰਡਾ ਤਾਂ ਹੋ ਜੂ ਭਾਈ, ਪਰ ਖਰਚਾ ਬਹੁਤ ਹੋ ਜਾਣਾ। 50,000 ਪਹਿਲਾਂ ਤੇ 50,000 ਬਾਅਦ ਚ, ਜੇ ਮਨਜ਼ੂਰ ਆ ਤਾਂ ਬੈਠ। ਨਹੀਂ ਬਾਬਾ ਜੀ, ਜੇ ਫੇਰ ਵੀ ਕਾਕਾ ਨਾ ਹੋਇਆ ਤਾਂ? ਮੂਰਖ, ਬਾਬਿਆਂ ਤੇ ਸ਼ੱਕ? ਜਾ ਤੇਰੇ ਨਾਲ ਵਚਨ ਕਰਦਾ, ਜੇ ਤੇਰੇ ਕਾਕਾ ਨਾ ਹੋਇਆ ਤਾਂ ਬਾਬਿਆਂ ਚੋਲਾ ਤਿਆਗ ਦੇਣਗੇ। ਉਹ ਕੋਟਣਿਆ ਇਕੱਠ ਬੱਠ ਹੋਣ ਵਾਲਾ, ਜਦੋਂ 4 ਕੁ ਬੰਦੇ ਇਕੱਠੇ ਹੋ ਗਏ ਨਾ, ਤੂੰ ਆਪਦਾ ਕਸਰਾ ਡਰਾਮਾ ਸ਼ੁਰੂ ਕਰਦੀ, ਨਾਲੇ ਬਾਲੀ ਓਵਰ ਐਕਟਿੰਗ ਕਰਨ ਦੀ ਲੋੜ ਨਹੀਂ। ਪਰਸੋਂ ਤੈਨੂੰ ਵੀ ਹੋਸ਼ ਹੋਣ ਗਿਆ ਸੀ, ਕੰਜਰਾ ਤੂੰ ਮਨ ਦਾ ਡਰਾਮਾ ਕਰਦਾ। ਰਹਿੰਦੇ ਟੱਕਿਆ ਰਹਿੰਦੇ ਆਏ ਨੀ ਮੇਰੀ ਏ ਸੱਸੇ, ਕਿੱਥੇ ਚਲ ਗਈ ਨੀ ਤੂੰ ਮੈਨੂੰ ਬਿਨ ਦੱਸੇ? ਬਰਫ ਚਲਾ ਦੋ, ਸਾਰੀ ਉਮਰ ਮੈਨੂੰ ਇਹਨੇ ਬਰਫ ਲਾ ਰੱਖਿਆ, ਅੱਜ ਇਹਦੀ ਵਾਰੀ ਆ ਗਈ ਵੇ। ਅੱਜ ਤੱਕ ਮੈਂ ਕਿਸੇ ਜਵਾਈ ਨੂੰ ਆਪਣੀ ਸੱਸ ਨੂੰ ਏਦਾਂ ਰੋਂਦੇ ਨਹੀਂ ਦੇਖੇ। ਮੈਂ ਤੇ ਰੱਬ ਦੇ ਹੱਥ ਵੇਖ ਕੇ ਰੋਣ ਡਿਆ, ਇਹਨੇ ਸਾਰੀ ਉਮਰ ਇਹ ਪੂਤਲੀ ਪਾਈ ਜੱਟੀ, ਉਹਦਾ ਕੀ ਹਾਲ ਹੋਏਗਾ? ਫੁੱਫੜਾ ਨੂੰ ਬੰਦ ਕਰ ਲੋ ਏ, ਉਹ ਫੇਰ ਬੁੱਢੀ ਕਦੇ ਉੱਠ ਕੇ ਨੱਚਣਾ ਲੱਗ ਪਵੇ। ਮਾਂ ਮਾਂ ਮਰੀ ਆ ਵਿਚਾਰੀ, ਉਹ ਵੀ ਪਹਿਲੀ ਵਾਰ। ਓਏ ਸੁੱਚਿਆ, ਉਹ ਦੇਖ ਤੇਰੀ ਭੈਣ ਆਈ ਕਿ ਨਹੀਂ ਆਈ? ਓਏ ਉਹਨੂੰ ਕਹੋ ਆ ਕੇ ਮੂੰਹ ਵੇਖ ਲਾ, ਮੁੜ ਕੇ ਨੀ ਇਹਨੇ ਆਉਣਾ। ਗੁਰ
ਗੁਰਕੀਰਤ ਦਾ ਫੋਨ ਆਇਆ ਸੀ। ਅੱਛਾ। ਉਹ ਕਹਿੰਦੀ ਨਾਨੀ ਨੂੰ ਕਦੇ ਕਦੇ ਦੌਰੇ ਪੈ ਜਾਂਦੇ ਨੇ। ਅੱਛਾ। ਤੇ ਬਾਰੀ 'ਚ ਟੀਕਾ ਪਿਆ ਤੇ ਚੱਕ ਕੇ ਲਾ ਦਿਓ। ਉਹ ਲਿਆ ਪੁੱਤਰ ਲਿਆ, ਬੜਾ ਬੜ ਉੱਡ ਪੇ ਲਿਆ ਓਏ। ਉਹ ਲਿਆ ਓਏ, ਓਏ ਕਿੰਨਾ ਜਿਰ ਹੋ ਗਿਆ ਮਰੀ ਨੂੰ ਲਿਆ। ਉਹ ਲਿਆ ਓਏ ਹਏ। ਜਦੋਂ ਪੈਟਰੋਲ ਮੁੱਕ ਗਿਆ ਆਪੇ ਰੁਕ ਜੂਗੀ। ਦੇਖ ਲਾ ਪ੍ਰਤਾਪਿਆ, ਮਾਲ ਵਿਕਣ ਨੂੰ 15 ਮਿੰਟ ਨਹੀਂ ਲੱਗੇ। ਸਭ ਨਾਲ ਆਪਣੀਆਂ ਪਾਰਟੀਆਂ ਵਧੀਆ ਜਾਂਦੀਆਂ। ਉਹ ਮਾਲ ਬੀਤਾ ਸਿਰੇ ਦਾ ਵੇਚੀ ਦਾ ਵਕਿਆ। ਬਾਈ ਜੀ ਲੱਗਦਾ ਹੁਣ ਤਾਂ ਕੰਮ ਸਿਰੇ ਤੇ ਆ। ਉਹ ਇਸੇ ਕਰਕੇ ਤਾਂ ਸਾਰਾ ਸ਼ਹਿਰ ਪ੍ਰਤਾਪੇ ਦੀਆਂ ਉਂਗਲੀਆਂ ਤੇ ਨੱਚਦਾ। ਕੋਈ ਐਸਾ ਮੁੰਡਾ ਹੈ ਨੀ ਜਿਹੜਾ ਮੇਰਾ ਮਰੀਜ਼ ਨਾ ਹੋਵੇ। ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲਿਆ, ਉਸ ਰੱਬ ਦੇ ਖੌਫ ਤੋਂ ਡਰ। ਉਸ ਦੀ ਲਾਠੀ ਬੜੀ ਬੇਆਵਾਜ਼ ਹੈ। ਓਏ ਤੂੰ ਵੱਡੀ ਮਾਸਟਰਨੀ, ਮੈਂ ਕੋਈ ਵੀ ਹੋਵਾਂ ਪਰ ਤੂੰ ਇਸ ਸਮਾਜ ਨੂੰ ਨਸ਼ੇ ਵੰਡ ਵੰਡ ਕੇ ਕੁੜ ਵਾਂਗ ਖਾ ਰਿਹਾ ਹੈ। ਤੂੰ ਗੁਰਪ੍ਰਤਾਪ ਨੀ? ਕਿਹੜਾ ਗੁਰਪ੍ਰਤਾਪ? ਮੈਂ ਪ੍ਰਤਾਪਾ, ਪ੍ਰਤਾਪਾ, ਸਿਰ ਪ੍ਰਤਾਪਾ। ਚਲੋ ਬੱਗਿਆ ਚਲੋ। ਕੀ ਹੋ ਗਿਆ? ਉਹ ਬਖਤਿਆਰੇ ਦੀ ਕੁੜੀ ਡਾਕਟਰ ਨੇ ਕੱਲ ਪ੍ਰਤਾਪੇ ਨਾਲ ਖਾ ਪੀ। ਹਾਏ ਮੈਂ ਮਰ ਜਾ। ਨੀ ਉਹਨੂੰ ਤਾਂ ਪੁਲਿਸ ਲੂਟਾ ਮਾਰਦੀ ਆ, ਉਹਨੇ ਕਾਹਨੂੰ ਪੰਗਾ ਲੈਣਾ ਸੀ? ਭੈਣੇ ਬਾਹਲੀ ਪੜ੍ਹਾਈ ਵੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਆ। ਨਾਲੇ ਉਹ ਤਾਂ ਫਿਰ ਕੁੜੀ ਕਤਰੀ ਆ, ਉੱਤੋਂ ਸਿਰ ਦਾ ਸਾਈ ਹੈ ਨੀ, ਗੋਦੀ ਭੋਰਾ ਪਰ ਜਵਾਕ ਹੈ। ਨੀ ਮੈਂ ਤਾਂ ਹੈਰਾਨ ਹੈ, ਪ੍ਰਤਾਪਾ ਚੁੱਪ ਕਿਵੇਂ ਕਰ ਗਿਆ? ਨੀ ਹੁਣ ਤਾਂ ਸਾਰੇ ਪਿੰਡ ਵਿੱਚ ਇਹੀ ਚਰਚਾ। ਬਈ ਚਰਚਾ ਤਾਂ ਹੋਣੀ ਸੀ, ਕੁੜੀ ਨੇ ਪੰਗਾ ਵੀ ਤਾਂ ਸਿਰੇ ਦੇ ਬੰਦੇ ਨਾਲ ਲਿਆ ਨਾ। ਆਹ ਗੱਲ ਆ ਸਰਪੰਚ ਸਾਹਿਬ, ਸਭ ਨੂੰ ਪਤਾ ਪ੍ਰਤਾਪਾ ਨਸ਼ੇ ਵੇਚਦਾ, ਕੁੜੀ ਦਾ ਕੀ ਢਿੱਡ ਦੁਖਦਾ ਸੀ? ਹੋਰ ਜੇ ਉਹ ਤਾਂ ਜੋ ਕਰੂ ਭਰੂ। ਵੀ ਕੁੜੀ ਦੀ ਇੱਕ ਗੱਲ ਤਾਂ ਤਾਰੀਫ ਕਰਨੀ ਬਣਦੀ ਆ, ਜਿਹੜੀ ਗੱਲ ਉਹਨੂੰ ਕੋਈ ਕਹਿ ਨਹੀਂ ਸਕਿਆ ਉਹ ਉਹਨੇ ਉਹਦੇ ਮੂੰਹ 'ਤੇ ਮਾਰੀ। ਉਹ ਤਾਂ ਠੀਕ ਆ, ਪਰ ਬੰਦਾ ਕੁ ਬੰਦਾ ਵੀ ਤਾਂ ਦੇਖਣਾ ਚਾਹੀਦਾ। ਹੁਣ ਬਖਤੌਰੇ ਕਾ ਸਾਰਾ ਟੱਬਰ ਘਾਬਰਿਆ ਫਿਰਦਾ। ਹਾਂਜੀ ਬਾਪੂ ਜੀ, ਤੁਸੀਂ ਬੁਲਾਇਆ ਸੀ? ਇਹਨੂੰ ਕੀ ਪੁੱਛਦੀ ਆ, ਮੇਰੇ ਨਾਲ ਗੱਲ ਕਰ। ਇਸੇ ਨੇ ਤੈਨੂੰ ਬਹੁਤਾ ਸਿਰੇ ਚੜਾਇਆ, ਤੈਨੂੰ ਕੀ ਜ਼ਰੂਰਤ ਸੀ ਬਦਮਾਸ਼ਾਂ ਨਾਲ ਖੇਡਣ ਦੀ? ਬੇਬੇ ਜੀ ਤੁਸੀਂ ਹੀ ਦੱਸੋ, ਪ੍ਰਤਾਪਾ ਜੋ ਕਰ ਰਿਹਾ ਉਹ ਠੀਕ ਹੈ? ਨਸ਼ਿਆਂ ਦਾ ਵਪਾਰ ਕਰਕੇ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ। ਲੈ ਸੁਣ ਲਓ ਜਵਾਬ ਵੱਡੀ ਭੜਾਕਣ ਦਾ, ਕੁੜੀਏ ਸਾਨੂੰ ਬਾਹਰ ਸਿਰ ਚੱਕ ਕੇ ਤੁਰਨ ਜੋਗਾ ਛੱਡ ਦੇ। ਪਰ ਵੀਰ ਜੀ ਮੇਰੀ, ਮੈਨੂੰ ਗਲਤੀ ਤਾਂ ਦੱਸੋ, ਮੈਂ ਕਿਹੜਾ ਗਲਤ ਕੰਮ ਕੀਤਾ? ਆਹ ਜਿਹੜਾ ਘੁੰਡਾਂ ਦਾ ਖੱਖਰ ਛੇੜ ਕੇ ਆਈਆਂ, ਤੇਰੀ ਕੀ ਸਲਾਹ? ਉਹ ਚੁੱਪ ਕਰਕੇ ਬਹਿ ਜਾਣਗੇ। ਮੈਂ ਤਾਂ ਪਹਿਲੇ ਹੀ ਕਹਿੰਦਾ ਸੀ ਕੁੜੀ ਨੂੰ ਬਹੁਤਾ ਨਾ ਪੜਾਓ, ਪਰ ਨਹੀਂ ਜੀ, ਅਸੀਂ ਤਾਂ ਕੁੜੀ ਡਾਕਟਰ ਬਣਾਉਣੀ ਹੈ। ਲੋ ਪੁੱਤੋ ਹੁਣ ਮੈਂ ਤਾਂ ਅਜੇ ਵੀ ਕਹਿੰਦਾ ਚੱਕ ਚਕਾ ਕੇ ਇਹਦਾ ਫਾਹ ਵੱਟੋ ਤੇ ਤੋਰੋ ਅਗਲੇ ਘਰ। ਮੈਂ ਵੀ ਤਾਂ ਇਹੀ ਕਹਿੰਦੀ ਹਾਂ, ਪਰ ਇਹ ਮੇਰੀ ਸੁਣਦ ਵਾ। ਢੰਗ ਦਾ ਮਿਲੇ ਤਾਂ ਹੀ ਤੋਰਨ। ਜੇ ਮੈਂ ਵੀ ਢੰਗ ਦਾ ਮੁੰਡਾ ਲੱਭਣ ਲੱਗਦੀ ਤੇ ਮੇਰਾ ਅਜੇ ਤੱਕ ਵਿਆਹ ਨਹੀਂ ਸੀ ਹੋਣਾ। ਬੇ ਕਮਲਿਆ ਟੋਲਿਆ, ਬੇ ਐਵੇਂ ਤੁਸੀਂ ਬਾਹਲਾ ਮਗ ਜਨਾ ਮਾਰੋ, ਇਹ ਤਾਂ ਮੈਨੂੰ ਗੱਲ ਦੂਜੀ ਲੱਗਦੀ ਆ। ਓਏ ਆਹੋ ਬੇਬੇ, ਮੈਨੂੰ ਤਾਂ ਉਪਰੀ ਕਸਰ ਲੱਗਦੀ ਆ, ਜਹਾਜ਼ ਵਾਲੀ ਉਹ ਦੁਰ ਫਿੱਟੇ ਮੂੰਹ। ਇੱਦਾਂ ਕਰਦਿਆਂ ਇਹਨੂੰ ਬਾਬੇ ਭਰਮਦਾਸ ਕੋਲ ਲੈ ਕੇ ਚੱਲਦੇ ਆ, ਹੁਣ ਤਾਂ ਉਹੀ ਕਰੂ ਕੋਈ ਹੀਲਾ। ਕੀ ਚਾਹੁੰਦੀ ਤੂੰ? ਕਿਉਂ ਤੰਗ ਕਰਦੀ ਹੈ? ਤੈਨੂੰ ਮੇਰੀ ਤਾਕਤ ਦਾ ਅੰਦਾਜ਼ਾ ਨਹੀਂ? ਚਲੀ ਜਾ, ਚਲੀ ਜਾ। ਮੇਰੇ
जे किते बाबियां नूं क्रोध आ गया तां 100 साले टुक्कड़ टुट्टे पुट्टी नाल लूं। चल बाबे परमदास जी आजो बेबे जी आजो। ਕੁੜੀਏ ਤੂੰ ਵੀ ਆ ਜਾ, ਮੱਥਾ ਟੇਕ ਲੈ ਬਾਬਿਆਂ ਨੂੰ। ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਸੀਂ ਗੁੱਸਾ ਨਾ ਕਰਿਓ ਜੀ। ਭਗਤਣੀਏ ਮੈਂ ਗੁੱਸਾ ਕਿਉਂ ਕਰਨਾ, ਬਾਬੇ ਤਾਂ ਸਭ ਕੁਝ ਜਾਣਦੇ ਨੇ। ਇਹ ਨਹੀਂ ਬੋਲਦੀ, ਇਹਦੇ ਅੰਦਰ ਬੈਠਾ ਜਿੰਨ ਬੋਲ ਰਿਹਾ। ਕਿਹਾ ਸੀ ਨਾ ਚੀਜ਼ ਬਹੁਤ ਸਖਤ ਆ। ਤੂੰ ਆ ਚਤਰਾਈਆਂ ਕਰਕੇ ਇਹਨਾਂ ਭੋਲੇ ਪਾਲੇ ਲੋਕਾਂ ਨੂੰ ਤਾਂ ਬੇਵਕੂਫ ਬਣਾ ਸਕਦਾ ਹੈ, ਪਰ ਮੈਨੂੰ ਨਹੀਂ। ਮੈਂ ਜਾਣਦੀ ਆ ਤੂੰ ਜਿਹੜਾ ਇਹ ਕੈਮੀਕਲ ਲਾ ਕੇ ਰਾਖ ਬਣਾਈ ਹੈ। ਭਗਤਣੀਏ ਤਾਂ ਕੰਮ ਬਹੁਤ ਖਰਾਬ ਹੋਇਆ ਪਿਆ। ਉਹ ਇਹ ਜਿੰਨ ਤਾਂ ਬਾਬਿਆਂ ਦੀ ਬਰਾਬਰੀ ਕਰਦਾ। ਕੂੜ ਨਹੀਂ ਖੁੱਟੇ ਨਾਨਕਾ, ਔੜਤ ਸੱਚ ਰਹੀ, ਸੱਚ ਨੇ ਸੱਚ ਰਹਿਣਾ ਤੇ ਝੂਠ ਨੇ ਝੂਠ। ਤੂੰ ਇਹਨਾਂ ਨੂੰ ਨਹੀਂ ਆਪਣੇ ਆਪ ਨੂੰ ਧੋਖਾ ਦੇ ਰਿਹਾ। ਤੂੰ ਮੇਰੀ ਗੱਲ ਮੰਨ, ਤੂੰ ਆ ਪੁੱਠੇ ਕੰਮ ਛੱਡ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੰਨੀ ਲੱਗ ਜਾ। ਨਾ ਹੁਣ ਤੂੰ ਡੱਡੂਆਂ ਨੂੰ ਦੱਸੇਂਗੀ ਕਿ ਤਾਰੀਖ ਕਿਵੇਂ ਲਾਈਦੀ ਆ। ਭਗਤਣੀਏ ਇਹਨੂੰ 5 ਚੌਂਕੀਆਂ ਵਾਸਤੇ ਇਕੱਲੀ ਨੂੰ ਭੇਜ, ਫੇਰ ਇਹਦਾ ਬਾਰਦਾਰ ਆਊ। ਉਹ ਕੁੜੀਆ ਕੱਲ ਨੂੰ ਹੱਥ ਮਾਰ, ਪਹਿਲਾਂ ਉਸ ਬਦਮਾਸ਼ ਨਾਲ ਪੰਗਾ ਲਿਆ, ਹੁਣ ਬਾਬਿਆਂ ਨੂੰ ਬੰਦਾ ਬੋਲਦੀ ਏ। ਸਾਨੂੰ ਇੱਥੇ ਰਹਿਣ ਦੂਗਾ, ਛੱਡਣਾ ਕਿ ਨਹੀਂ? ਹੁਣ ਤਾਂ ਪਰਲੋ ਆਣੀ ਆਣੀ ਆ, ਬਤੌਰੇ ਦੀ ਕੁੜੀ ਨੇ ਤਾਂ ਅੱਤ ਚੱਕੀ ਪਈ ਆ। ਆਹੋ ਅੱਤ ਤੇ ਖੁਦਾ ਦਾ ਤਾਂ ਵੈਰ ਆ। ਰਾਮ ਰਾਮ ਰਾਮ, ਇੰਨੇ ਪਹੁੰਚੇ ਹੋਏ ਬਾਬਾ ਜੀ ਨਾਲ ਮੱਥਾ। ਬਾਬਾ ਜੀ ਨਾਲ ਪੂਰੀ ਬਰਾਬਰੀ ਕੀਤੀ ਆ ਕੀਰਤੀ ਨੇ। ਮਾਂ ਤੇ ਭਰਾ ਨੇ ਬਥੇਰਾ ਚੁੱਪ ਕਰਾਇਆ, ਪਰ ਕਿੱਥੇ ਬਈ। ਕਈ ਗੱਲੋਂ ਤਾਂ ਮੈਨੂੰ ਕੁੜੀ ਸਹੀ ਲੱਗਦੀ ਆ, ਸੁੱਖ ਨਾਲ ਖਾਸੀ ਪੜ੍ਹੀ ਲਿਖੀ ਆ, ਡਾਕਟਰ ਨਹੀਂ ਆ। ਸਰਪੰਚ ਸਾਹਿਬ ਡਾਕਟਰ ਨਹੀਂ ਆ ਤਾਂ ਚੁੱਪ ਚਾਪ ਆਪਣੀ ਡਾਕਟਰੀ ਕਰੇ, ਨਾਲੇ ਕੁੜੀ ਕਤਰੀ ਰੋਜ਼ ਰੋਜ਼ ਬੋਲਦੀ ਕਿਤੇ ਚੰਗੀ ਲੱਗਦੀ ਆ। ਚਲੋ ਮੈਂ ਇੱਦਾਂ ਕਰਦਾ, ਬਖਤੌਰੇ ਨੂੰ ਜਾ ਕੇ ਕਹਿੰਦਾ ਬਈ ਆਪਣੀ ਕੁੜੀ ਨੂੰ ਸਮਝਾਵੇ। ਕੀਤੀ ਦੇ ਬਾਪੂ, ਮੁੰਡਾ ਆਇਆ ਪਸੰਦ? ਘਰ ਬਾਹਰ ਕਿਵੇਂ ਆ, ਠੀਕ ਠਾਕ ਆ? ਉਹ ਧੰਨ ਹੈ ਭੈਣੇ, ਤੂੰ ਧੰਨ ਆ, ਇਹੋ ਜਿਹੇ ਬੰਦੇ ਨਾਲ ਕੱਟੀ ਜਾਂਦੀ ਆ। ਆਹੋ ਧੀਏ, ਪ੍ਰਾਹੁਣੇ ਦੀ ਦਾ ਵਿੱਚ ਭੌਂਕਣ ਦੀ ਆਦਤ ਨਹੀਂ ਜਾਂਦੀ। ਮੇਰੀ ਸਿਆਣੀ ਬਿਆਣੀ ਦੀ ਭੋਰਾ ਸਲਾਹ ਨਹੀਂ ਲੈਤੀ, ਠੂ ਕਰਕੇ ਜਵਾਬ ਦੇਤਾ। ਤਨ ਕੋਲੇ ਮਾੜਾ ਮੋਟਾ ਰਲਦਾ ਮਿਲਦਾ ਹੁੰਦਾ ਤੇ ਮੈਂ ਕਰ ਦਿੰਦਾ, ਉਹ ਮੁੰਡਾ ਕੋਰਾ ਨਪਾੜ, ਧੀ ਸਾਡੀ ਪਤਾ ਡਾਕਟਰ ਆ। ਬੱਲੇ ਆ ਪਿਓ ਦਿਆ ਪੁੱਤਾ, ਤੂੰ ਆਪਣੀ ਧੀ ਦੀ ਡਾਕਟਰੀ ਨਾ ਛੱਡੀ। ਬਾਪੂ ਜੀ ਮੈਂ ਤਾਂ ਕਹਿੰਦਾ ਜਿਵੇਂ ਕਿਵੇਂ ਕੁੜੀ ਨੂੰ ਤੋਰਨ ਦੀ ਗੱਲ ਕਰੀਏ। ਹੋਰ ਨਾਲੇ ਆਪਣੇ ਦਿਮਾਗ ਤੋਂ ਵਜਨ ਲਹੂ। ਉਹ ਭਾਈ ਤੁਹਾਡੇ ਦਿਮਾਗ ਤੇ ਕਾਹਦਾ ਵਜਨ ਆ, ਮੇਰੀ ਧੀ ਆ, ਮੈਂ ਆਪੇ ਤੋੜ ਦੂੰ, ਨਾ ਲੈਣਾ ਨਾ ਦੇਣਾ, ਤੁਰੇ ਜਾਂਦੇ ਨਾ ਮੈਂ ਤੋੜ ਦਿਆਂ। ਮੈਨੂੰ ਆਪਣੀ ਧੀ ਤੇ ਰੱਬ ਜਿੰਨਾ ਮਾਣ ਆ। ਬਾਈ ਸਮਾਨ ਦੇ ਦਿਓ ਬਾਈ ਜੀ, ਬਾਈ ਸਮਾਨ ਦੇ ਦਿਓ ਜੀ। ਪੈਸੇ? ਓ ਬਾਈ ਸਾਰਾ ਸਰੀਰ ਟੁੱਟੀ ਜਾਂਦਾ, ਅੱਜ ਪੈਸੇ ਹੈ ਨਹੀਂ, ਮਾਲ ਦੇ ਦਿਓ। ਤੁਹਾਨੂੰ ਤਾਂ ਪਤਾ ਮੈਂ ਘਰ ਦੇ ਸਾਰੇ ਗਹਿਣੇ ਕੱਟੇ ਵੇਚ ਕੇ ਤੁਹਾਡੇ ਸਾਰੇ ਪੈਸੇ ਦੇ ਚੁੱਕਿਆ। ਇਹ ਵੀ ਦੇ ਦਿਓ ਬਾਈ, ਮੇਰਾ ਮੋਟਰਸਾਈਕਲ ਵੇਚਣ ਲਈ ਲਾਇਆ ਹੋਇਆ। ਤੁਹਾਨੂੰ ਇੱਕ ਵਾਰ ਨਹੀਂ ਸੁਣਿਆ, ਪਹਿਲਾਂ ਪੈਸੇ ਫਿਰ ਸਮਾਨ। ਉਹ
ਇਹਨਾਂ ਦੀ ਤਰਸਯੋਗ ਹਾਲਤ ਤੇ ਖੁਸ਼ ਹੋਣ ਵਾਲਿਓ ਇਹਨਾਂ ਦੇ ਲੇਖੇ ਤੁਹਾਨੂੰ ਦਰਗਾਹ ਹੀ ਦੇਣੇ ਪੈਣਗੇ ਲੱਗਦਾ ਤੈਨੂੰ ਆਪਣੀ ਜਿੰਦੜੀ ਦੇ ਨਾਲ ਮੋਹ ਖਤਮ ਹੋ ਗਿਆ ਕੁੜੀਏ ਜਿਹੜੀ ਬਾਰ ਬਾਰ ਸਾਡੇ ਰਸਤੇ ਚ ਆਉਣੀ ਆ ਬਾਈ ਜੀ ਕੱਢੋ ਇਸ ਕੁੜੀ ਦਾ ਕੰਡਾ ਜਿਹਾ ਹਾਂ ਇਹ ਕੁੜੀ ਪਿਛਲੀ ਵਾਰ ਵੀ ਬਹੁਤ ਬੁਰਕਦੀ ਸੀ ਗੁਰਪ੍ਰਤਾਪ ਤੂੰ ਆ ਕਿਹੜੇ ਚੱਕਰਾਂ ਵਿੱਚ ਪੈ ਗਿਆ ਯੂ ਆਰ ਦਾ ਬ੍ਰਿਲੀਅੰਟ ਸਟੂਡੈਂਟ ਆਫ ਦਾ ਕਾਲਜ ਛੱਡ ਦੇ ਆ ਕਾਲੇ ਧੰਦੇ ਚੁੱਪ ਕਰ ਜਾ ਕੁੜੀਏ ਜੇ ਇੱਕ ਲਫ਼ਜ਼ ਵੀ ਮੂੰਹ ਹੋਰ ਕੱਢਿਆ ਤਾਂ ਤੂੰ ਪ੍ਰਤਾਪੇ ਦੇ ਗੁੱਸੇ ਨੂੰ ਨਹੀਂ ਜਾਣਦੀ ਕਿਉਂ ਐਵੇਂ ਮੌਤ ਨੂੰ ਹਾਕਾ ਮਾਰ ਲੱਗੀ ਆ ਤੂੰ ਕਦੋਂ ਤੋਂ ਮੌਤ ਤੇ ਜ਼ਿੰਦਗੀ ਦਾ ਠੇਕੇਦਾਰ ਬਣ ਗਿਆ ਇਹ ਤੇ ਮੇਰੇ ਗੁਰੂ ਨਾਨਕ ਦੇ ਹੱਥ ਵਿੱਚ ਹੈ ਮੈਂ ਮੌਤ ਤੋਂ ਨਹੀਂ ਡਰਦੀ ਪ੍ਰਤਾਪਿਆ ਇਸ ਕੁੜੀ ਨੂੰ ਮੌਤ ਨਾਲੋਂ ਵੀ ਭਿਆਨਕ ਸਜ਼ਾ ਦਿਓ ਤਾਂ ਕਿ ਲੋਕਾਂ ਵਿੱਚ ਆਪਣੀ ਦਹਿਸ਼ਤ ਹੋਰ ਫੈਲ ਸਕੇ ਚੱਕ ਲੈ ਉਹਨੂੰ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਇੱਕ ਸਕੂਲ ਗੋਲੀਆਂ ਨਾ ਪਾਉਂਦੂ ਉਹ ਜੰਮ ਦੀਆਂ ਸੁਣਾ ਦੇ ਬਹੁਤ ਤਿੱਖੇ ਓਏ ਗੜਕ ਜੇ ਵੀ ਨਾਲ ਚੱਕ ਲੋ ਜਦੋਂ ਮੈਂ ਰੋਕਦੀ ਸੀ ਤਾਂ ਤੁਹਾਨੂੰ ਸਾਰਿਆਂ ਨੂੰ ਵਿਆਹ ਵਰਗੀ ਲੱਗਦੀ ਸੀ ਇਹ ਸਾਰਾ ਕਸੂਰ ਤੁਹਾਡਾ ਹੀ ਹੈ ਬਾਪੂ ਜੀ ਤੁਸੀਂ ਉਹ ਕੋ ਬਹੁਤਾ ਸਿਰ ਚੜਾਇਆ ਹੋਇਆ ਨਾ ਜਾਣੇ ਖਾਣੇ ਨਾਲ ਪੰਗੇ ਲੈਂਦੀ ਤੇ ਨਾ ਦਿਨ ਦੇਖਣੇ ਪੈਂਦੇ ਜਾ ਕੇ ਥਾਣੇ ਰਿਪੋਰਟ ਕਰਾਓਗੇ ਕਿ ਬਕਵਾਸ ਕਰੀ ਜਾਓਗੇ ਮੇਰੇ ਸਿਰ ਤੇ ਤੁਹਾਨੂੰ ਤਾਂ ਚੰਗਾ ਬੜਾ ਪਤਾ ਬਾਪੂ ਜੀ ਸਾਰੀ ਪੁਲਿਸ ਪ੍ਰਤਾਪੇ ਦੇ ਹੱਥਾਂ ਵਿੱਚ ਖੇਡਦੀ ਹੈ ਉਹਨਾਂ ਚੁੱਪ ਹੋ ਜਾ ਗੁੰਗਾ ਹੋ ਜਾ ਬਹਿਰਾ ਹੋ ਜਾ ਤੁਹਾਨੂੰ ਤਾਂ ਮੱਥਾ ਪੜਾਸ ਕੱਢਣ ਦਾ ਮੌਕਾ ਮਿਲਿਆ ਹੈ ਕੋਈ ਮੈਨੂੰ ਕੁੜੀ ਦੇ ਡਾਕਟਰ ਹੋਣ ਦੇ ਮਿਹਣੇ ਮਾਰਦਾ ਹੈ ਤੂੰ ਫੜ ਲੈਂਦਾ ਤੈਨੂੰ ਮੈਂ ਰੋਕਿਆ ਸੀ ਕੁੜੀ ਆਪਣੀ ਹਿੰਮਤ ਨਾਲ ਪੜ ਗਈ ਹੈ ਆਪਣੇ ਪੈਰਾਂ ਤੇ ਖੜੀ ਹੋ ਗਈ ਹੈ ਪਰ ਹਰ ਚੀਜ਼ ਦੀ ਕੋਈ ਹੱਦ ਹੁੰਦੀ ਆ ਕੀ ਹੱਦ ਹੁੰਦੀ ਕੀ ਹੱਦ ਹੁੰਦੀ ਮੈਂ ਦੱਸੇਗਾ ਕੋਈ ਕੀ ਹੱਦ ਹੁੰਦੀ ਆ ਮੇਰੀ ਕੀਰਤੀ ਦਾ ਕਸੂਰ ਹੀ ਕੀ ਸੀ ਇਹੀ ਕਸੂਰ ਹੈ ਸਮਾਜਿਕ ਬੁਰਾਈਆਂ ਦੇ ਖਿਲਾਫ ਨਸ਼ੇ ਦੇ ਖਿਲਾਫ ਬੋਲੀ ਆ ਪਰ ਇੱਥੇ ਕੀ ਆ ਇੱਥੇ ਸਾਰੇ ਨੂੰ ਆਪੋ ਤਾਪ ਪਈ ਆ ਉੱਥੇ ਪਤਾ ਨਹੀਂ ਮੇਰੀ ਕੁੜੀ ਤੇ ਮੇਰੇ ਦੋਦੇ ਦਾ ਕੰਮੀ ਨੇ ਪ੍ਰਤਾਪੇ ਨੇ ਕੀ ਹਾਲ ਕੀਤਾ ਤੇਰਾ ਕੀਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗੇ ਹਾਏ ਮੰਮਾ ਜੀ ਫੇਰ ਕੀ ਹੋਇਆ ਫੇਰ ਕੀ ਪੁੱਤਰ ਜੀ ਇੱਕ ਮਹੀਨਾ ਤੱਤਾ ਉੱਤੋਂ ਰੇਤ ਤੱਤੀ ਇੱਕ ਚੰਦੂ ਤੱਤਾ ਇੱਕ ਜਹਾਂਗੀਰ ਤੱਤਾ ਪਰ ਸ਼ਾਂਤ ਤੇ ਠੰਡੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਨ ਕਿਉਂਕਿ ਪੁੱਤਰ ਜੀ ਹੱਕ ਤੇ ਸੱਚ ਦੀ ਲੜਾਈ ਲਈ ਕਦੇ ਕੋਈ ਭਰਮ ਭੁਲੇਖਾ ਨਹੀਂ ਰਹਿੰਦਾ ਤੇ ਜ਼ੁਲਮ ਦਾ ਨਾਸ਼ ਜ਼ਰੂਰ ਹੁੰਦਾ ਤਨ ਯਾਰ ਆ ਕੁੜੀ ਤਾਂ ਹੋਰ ਜਾਦੀ ਆਈ ਆ ਕੁਝ ਗਲਤ ਕੰਮ ਕਰਨ ਨੂੰ ਮਨ ਨਹੀਂ ਕਰਦਾ ਜ਼ਰੂਰ ਇਹਦੇ ਕੋਲ ਕੋਈ ਕਾਲਾ ਇਲਮ ਆ ਓਏ ਹਾਂ ਇਹੀ ਗੱਲ ਆ ਤਾਂ ਹੀ ਤਾਂ ਪ੍ਰਤਾਪਾ ਹਜੇ ਤੱਕ ਚੁੱਪ ਹੈ ਉਹ ਨਹੀਂ ਤਾਂ ਹੁਣ ਤੱਕ ਉਹਦੀ ਘੁੱਗੀ ਘੜਿੱਚ ਕਰ ਦੇਣੀ ਸੀ ਓਏ ਕਾਕਾ ਇਸ ਕੁੜੀ ਨੂੰ ਨਾ ਮੌਤ ਦਾ ਡਰ ਆ ਤੇ ਨਾ ਪ੍ਰਤਾਪੇ ਦਾ ਤੇ ਨਾ ਹੀ ਇਹਦੇ ਕੋਲ ਕੋਈ ਕਾਲਾ ਇਲਮ ਆ ਇਹ ਤਾਂ ਰੱਬ ਦੀ ਕੋਈ ਸੱਚੀ ਸੁੱਚੀ ਜੀਵ ਆਤਮਾ ਆ ਚਲੋ ਆਪਣੇ ਕਾਲੇ ਕੰਮਾਂ 'ਚ ਕੁਝ ਸਮਾਂ ਤਾਂ ਰੱਬ ਦੇ ਨਾਂ ਦਾ ਵੀ ਨਿਕਲਿਆ ਨਾ ਧਰਮ ਨਾਲ ਜਦੋਂ ਸਵੇਰੇ ਸ਼ਾਮ ਪਾਠ ਕਰਦੀ ਹੈ ਨਾ ਤਾਂ ਦੇਵੀ ਲੱਗਦੀ ਹੈ ਦੇਵੀ ਓਏ ਚੁੱਪ ਕਰ ਜਾ ਬੁੱਢਿਆ ਸਾਲਿਆ ਤੂੰ ਸਿਰਫ ਆਪਣੀ ਰੋਟੀ ਪਾਣੀ ਵੱਲ ਧਿਆਨ ਦਿਆ ਕਰ ਓਏ ਮੈਨੂੰ ਤਾਂ ਉਹ ਬਹੁਤ ਸੋਹਣੀ ਲੱਗਦੀ ਹੈ ਤੇ ਮੈਂ ਅੱਜ
मैं तेरे ते इस बचूंगड़े जे ते तरस करके थोनू छड़ रहा, पर याद रखियो फिर कदे मेरे रस्ते च रोड़ा बनन की कोशिश ना करी, नहीं तो फिर मैं भुल जूंगे। तेनू हुण भी की याद है गुरप्रताप? गुरप्रताप नी, तेनू किन्नी वार किया प्रतापा सिर्फ प्रतापा। गुरप्रताप कद तक सच्चाई तो मुंह मोड़दा रहेगा? चल भी मुंडे। ਬਗਿਆ ਬਸ ਕਰ, ਤੂੰ ਬਹੁਤ ਪੀ ਚੁੱਕਾ ਹੈ, ਨਾਲੇ ਗੱਲ ਸੁਣ ਮੇਰੀ, ਆਪਣੇ ਭੈੜੇ ਮਨਸੂਬੇ ਛੱਡ ਦੇ, ਜੇ ਪ੍ਰਤਾਪੇ ਨੂੰ ਪਤਾ ਲੱਗ ਗਿਆ ਨਾ ਤਾਂ ਉਹ ਤੈਨੂੰ ਪਾੜ ਕੇ ਰੱਖ ਦੂਗਾ। ਪ੍ਰਤਾਪਾ 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 ਨਾ ਹੋਇਆ ਰੱਬ ਹੋ ਗਿਆ, ਕੋਈ ਗੱਲ ਨਹੀਂ, ਓਏ ਮੈਂ ਵੀ ਇਹਨੂੰ ਦੇਖ ਲਊਂਗਾ ਵੱਡੇ ਲਾਡ ਸਾਹਿਬ ਨੂੰ। ਸਰਦਾਰਿਆ, ਇਹ ਚੀਜ਼ ਕੀ ਹੈ? ਜਦ ਮੈਂ ਇਹਦੇ ਵੱਲ ਵੱਧਾਂ ਨਾ ਤਾਂ ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਜਾਂਦਾ ਹਨੇਰਾ, ਅਤੇ ਜਦ ਮੈਂ ਪਿੱਛੇ ਹਟਦਾ ਤਾਂ ਚਾਨਣ ਹੋ ਜਾਂਦਾ। ਬੱਗਿਆ, ਮੈਂ ਤੈਨੂੰ ਕਿਹਾ ਨਹੀਂ ਸੀ ਇਹ ਕੁੜੀ ਨਹੀਂ, ਇਹ ਤਾਂ ਕੋਈ ਦੇਵੀ ਹੈ, ਦੇਵੀ। ਪ੍ਰਤਾਪੇ ਦਾ ਅਸੀਂ ਕੋਈ ਖਾਸ ਬੰਦਾ ਲੱਭ ਲਿਆ, ਉਹ ਕਹਿੰਦਾ ਸੀ ਮੈਂ ਆਪੇ ਉਹਨੂੰ ਸਮਝਾ ਬੁਝਾ ਕੇ ਕੁੜੀ ਤੇ ਜਵਾਕ ਨੂੰ ਚੜਾ ਲਿਆਉਂ। ਪਰ ਬਾਪੂ ਜੀ, ਗੁਰਕੀਰਤ ਨੂੰ ਪੂਰੇ 4 ਦਿਨ ਹੋ ਗਏ ਬਦਮਾਸ਼ਾਂ ਕੋਲੇ, ਹੁਣ ਘਰੇ ਵੜਨੀ ਕਿਹੜਾ ਸੌਖੀ ਹੈ, ਨਾਲੇ ਭਲਾ ਲੋਕਾਂ ਦਾ ਮੂੰਹ ਕੌਣ ਫੜੂ, ਅਸੀਂ ਵੀ ਤਾਂ ਭਾਈ ਕਬੀਲਦਾਰੀ ਅੱਗੇ ਤੋਰਨੀ ਹੈ। ਇਹ ਠੀਕ ਕਹਿੰਦੀ ਏ, ਉੱਥੋਂ ਛੁਡਾ ਕੇ ਬਾਹਰੋਂ ਬਾਹਰ ਉਸ ਦਾ ਬਾਹ ਵੱਢੋ, ਅਸੀਂ ਵੀ ਕੱਲ ਨੂੰ ਜਵਾਕ ਬਿਆਨੇ ਨੇ। ਠੀਕ ਕਹਿੰਦੇ ਪੁੱਤਰ, ਠੀਕ ਕਹਿੰਦੇ ਹੋ, ਤੁਸੀਂ ਉਹ ਭਰਾ ਭਰਜਾਈ, ਮੈਂ ਇੱਕ ਧੀ ਦਾ ਬਾਪ ਆ, ਮੈਂ ਕਿਵੇਂ ਕੋਈ ਨਾ ਪ੍ਰਾਹੁਣਿਆ ਦਿਲ ਕੈੜਾ ਕਰ, ਸਭ ਠੀਕ ਹੋ ਜਾਊਗਾ। 4 ਦਿਨ ਹੋ ਗਏ ਤੈਨੂੰ ਰੋਟੀ ਵੀ ਨਹੀਂ ਖਾਧੀ। ਬੇਬੇ ਦੇਖ ਦੇ ਨਾਲ ਮੈਨੂੰ ਕੀ ਕਹਿੰਦੇ ਵੇ। ਲੈ ਧੀ ਰੋਟੀ ਖਾ ਲੈ, ਰੋਟੀ ਨਾਲ ਕਾਹਦਾ ਗੁੱਸਾ, ਇਹ ਪਾਪ ਦੀ ਕਮਾਈ ਮੇਰੇ ਮੂੰਹੋਂ ਨਹੀਂ ਲੰਘਣੀ। ਪਰ ਤੁਸੀਂ ਇੰਨੇ ਸਿਆਣੇ ਬਿਆਣੇ ਹੋ ਕੇ ਇਸ ਗੰਦ 'ਚ ਕਿੱਦਾਂ ਡਿੱਗ ਪਏ? ਤੂੰ ਠੀਕ ਆਖਦੀ ਹੈ ਧੀ, ਇੱਕ ਪਿਓ ਤਾਂ 4 ਪੁੱਤਰਾਂ ਨੂੰ ਪਾਲ ਲੈਂਦਾ, ਪਰ 4 ਪੁੱਤਰਾਂ ਤੋਂ ਇੱਕ ਪਿਓ ਨਹੀਂ ਸਾਂਭਿਆ ਜਾਂਦਾ। ਮੈਂ ਇਹਨਾਂ ਨੂੰ
दिन रात मेहनत करके पालिया पढ़ाया व्याह किया, पर जदों मेरे हाथ पैर खड़ गए तां इन्हां इन्हां मैनूं कूड़े दे पीपे वांग चक के घरों बाहर रख दिता। पर बजुर्गो तुसी इत्थे आण नालों किसे बिरदाश्रम दी शरण ले लैंदे? बिरदाश्रम जाया मेरे पुत कहिंदे ने उहनां दा रैपूटेशन खराब हुंदा है, ते एक कौड़ी वेल वांग वध रहे बिरदाश्रम साडे समाज ते कलंक ने। जे बच्चे अपने मां प्यो की सेवा करन तो की लोड़ है इन्हां बिरद आश्रमां दी? अब्बा रोला जिहा कदा पैण लग पिया? ਇਹ ਤੇ ਇਹਨਾਂ ਦਾ ਨਿੱਧ ਦਾ ਰੌਲਾ ਏ। ਤੂੰ ਰੋਟੀ ਖਾ। ਪਹਿਲਾਂ ਮਿਲ ਤੇ ਸਿੰਨਤ ਹੁਣ ਲੱਗਦਾ ਦਾ ਚਿੱਤ, ਪਹਿਲਾਂ ਮਿਲਦੇ ਚਿੰਨਤ ਹੁਣ ਲੱਗਦਾ ਨਾ ਚਿੱਤ, ਤੈਨੂੰ ਕਿਹੜੇ ਕਿਹੜੇ ਦੁਖੜੇ ਸੁਣਾਵਾਂ ਸੋਹਣੀਏ ਨੇ, ਘੁੱਟ ਪੀ ਕੇ ਮੈਂ ਰਾਤ ਲੰਘਾਵਾਂ ਸੋਹਣੀਏ ਨੇ, ਘੁੱਟ ਪੀ ਕੇ ਮੈਂ ਰਾਤ ਲੰਘਾਵਾਂ ਸੋਹਣੀਏ ਨੇ, ਘੁੱਟ ਪੀ ਕੇ ਜਿਹੜਾ ਤੈਨੂੰ ਸਮਾਨ ਸਵੇਰੇ ਦਿੱਤਾ ਸੀ ਉਹ ਪਹੁੰਚਾਤਾ ਸੀ? ਮੈਂ ਪਹੁੰਚਾਉਣ ਜਾ ਹੀ ਰਿਹਾ ਸੀ ਸਰ, ਇਹ ਮੋਏ ਨਾ ਮੈਨੂੰ ਕਹਿੰਦੇ ਸੜਨ ਨਾ। ਇਹ ਕੰਮ ਕਾਰ ਕੋਈ ਕਰਦੇ ਨੀ, ਇੱਥੇ ਬੈਠੇ ਸਾਰਾ ਦਿਨ ਚੱਕਰ ਜੇ ਜੁੜੀ ਜਾਂਦੇ ਆ। ਰੋਟੀ ਤਾਂ ਰੋਟੀ ਹੀ ਹੁੰਦੀ ਆ ਕੁੜੀਏ। ਇਸ ਰੋਟੀ ਤੇ ਰੋਟੀ ਦਾ ਫਰਕ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਮਲਕ ਭਾਗੋ ਤੇ ਭਾਈ ਲਾਲੋ ਦੀ ਰੋਟੀ ਰਾਹੀਂ ਕੱਢ ਦਿੱਤਾ ਸੀ। ਆਖਰ ਤੂੰ ਕੀ ਚਾਹੁੰਦੀ ਆ ਗੁਰਕੀਰਤ? ਮੈਂ ਚਾਹੁੰਦੀ ਹਾਂ ਮੈਨੂੰ ਪਤਾ ਤਾਂ ਲੱਗੇ ਲੋਕਾਂ ਨੂੰ ਮੱਤਾ ਦੇਣ ਵਾਲਾ ਗੁਰ ਪ੍ਰਤਾਪ ਅੱਜ ਪ੍ਰਤਾਪਾ ਕਿਵੇਂ ਬਣ ਗਿਆ। ਮੈਂ ਤਾਂ ਆਪਣਾ ਆਪ ਅਤੀਤ ਸਾਰਾ ਭੁਲਾਈ ਚੁੱਕਿਆ ਸੀ। ਕਿੰਨੇ ਵਧੀਆ ਦਿਨ ਸੀ ਉਹ। ਗੁਰਕੀਰਤ ਕੌਰ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਬੋਆਇਜ਼ ਦੀ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਕਾਲਜ ਦਾ ਬੈਸਟ ਸਟੂਡੈਂਟ ਹੈ ਗੁਰ ਪ੍ਰਤਾਪ ਸਿੰਘ। ਹਾਂਜੀ ਡਾਕਟਰ ਸਾਹਿਬ, ਤੁਹਾਡੇ ਪਿਤਾ ਜੀ ਦੇ ਆਰਟਰੀਜ਼ ਜਿਹੜੀਆਂ ਨੇ ਉਹ ਜੋ ਅਸੀਂ ਸਕੈਨ ਕੀਤੇ ਨੇ ਟੈਸਟ ਕੀਤੇ ਨੇ ਉਹਦਾ ਪਤਾ ਲੱਗ ਰਿਹਾ ਕਿ 90% ਆਲਮੋਸਟ ਬਲੋਕ ਹੈਗੀਆਂ ਨੇ। ਉਹਨਾਂ ਵਾਸਤੇ ਇਮੀਡੀਏਟਲੀ ਸਰਜਰੀ ਇਜ਼ ਰਿਕੁਆਇਰ, ਐਟਲੀਸਟ 4-5 ਲੱਖ ਰੁਪਏ ਦੀ ਇਮੀਡੀਏਟਲੀ ਤੁਹਾਨੂੰ ਡਿਪੋਜ਼ਿਟ ਕਰਾਉਣਾ ਪਏਗਾ, ਅਤੇ ਇਹ ਪੈਸੇ ਦੀ ਅਰੇਂਜਮੈਂਟ ਕਰਕੇ ਸਾਨੂੰ ਦੱਸੋ ਤਾਂ ਕਿ ਅਸੀਂ ਉਹਨਾਂ ਦੀ ਸਰਜਰੀ ਸਟਾਰਟ ਕਰੀਏ। ਚਾਰ ਪੰਜ ਲੱਖ।
पैसे पुसे कोई है नहीं, जे तेरे कोई गिरवी रखने को कोई चीज है तो लिया। सिर्फ 5 लाख रुपया? वो छोटिया पैसों की तो कोई गल नहीं, पैसे जिन्ने मर्जी फट 2 लाख एडवांस या माड़ा जा कम साडा करके आना, तू ये माल पहुंचा जेंटिंग ते मुड़दे 3 लाख ले जी। मैनू नशिया की स्मगलिंग करके जेल हो गई, पिताजी का भी देहात हो गया। जेल तो बाद मैं अपनी मां को गया। कौन है? ना हुण तू अच्छा की करना है? नशियां दा व्यापार करके आपके प्यो की चिट्टी मगर दाखला था ते उत्तों जेल है। बीजी मेरी गल तो सुनो, तुसी ना हुण सुनू रह की आ, मैनू ये दस खबरदार जी इस घर च बड़े निकल जाए इत्थों। मारे तक की किसी होर रिश्तेदार ने भी मैनू अपने घर ना बंड दिता, ते मैं समय की काली हनेरी रात विच तिणखे की तरह फेंदा फेंदा विदेश पहुंच गया, ते उत्थे भी नशियां दे कारोबार तो अलावा मैनू कुछ भी होर नजर नहीं आया। मैं तो हौड़ पुलिस तोड़, बस मैं तोड़दा तोड़दा जुर्म दी इस दलदल दे विच धसदा ही गया धसदा ही गया। मैं आखिरकार पिता दे इलाज वास्ते ही किदे किदे पूरे हाथ रिसिए ते किदे किदे पूरे। गुर प्रताप, की तू मेरे गुरु नानक अगे हाथ अड्डे सी? जो मांगे ठाकुर अपने ते सोई सोई देवे। की तेनु कदे अपनी मां दा चेता नहीं आया? पुता माता की आशीष, निमक न बिसरो तुमको हर हर सदा पजो जगदीश। पुत्र हे रब्बा, मेरे पुत्र ने तो मेरे दुध नूं इलाज ला दित्ती, अगे तो नशिया च करके रहिंदा सी ते हुण बखतौरे दी धी नूं चुक के मैनूं ज्यों दे जी मार दित्ता। औलाद ना होवे तो एक दुख, जे एहो जी होवे तां दुखी दुख। हे वाहिगुरु सुमत बख्श, मेरे पुत नूं सुमत बख्श। ते गुर प्रताप, दुखां दी रात किन्नी ही लंबी क्यों ना होवे, सुखां दी सवेर जरूर आउंदी। शायद तू ठीक ही कहनी है गुरकीरत, पर हुण
हुण तां वक्त ही मेरे हथों निकल चुकिया। काहे को डोलत है तुमरी सुध, सुंदर सिरी पद्मा पतले है, तू क्यों डोलदा पिया? हां जी बाबा करा करो। गुरप्रताप, तू इस नरक चो निकलने एक कदम तो अगे वधा के देख। चरण शरण गुरु एक पेंडा जाए चल, सतगुरु कोट पेंडा आगे हुए लेत है। हे सच्चे पातशाह, मेरे ते कृपा कर, कृपा कर। कहना प्रतापा काम नहीं करना, वो शायद भूल गया। इस काम वाल आंदे सौ रास्ते ने, जान दा इक मौत। बाबा जी, लोकां दे जागरूक होण नाल डेरा दा पहले ही बहुता वधिया नहीं चलदा। जे किते अपना आ नशे दा बाजार भी बंद हो गया तां फिर की बणू? हुण तां प्रतापा भी जे मैनूं सप्पां नूं दुध पिलाउणा हुंदा बंदा जावे ता किधर जावे? होर दुनिया ता भाई मुक्कण ते आई होई है। कुड़े लोग समझदे नहीं, चंगा भला पता गुरु साहिबान हुक्म कर गए ने, सब सिखन को हुक्म है गुरु मान्यो ग्रंथ। पर फिर भी लोग पखंडी बाबे दे मगर तक्के खांदे फिरदे आ। मैं सुनिया बापू जी, प्रतापे ने सारे माड़े काम छड़ते, ऐसे करके ता बाबा ओदे मगर हाथों के पीछे पै गया। अच्छा। तू जल्दी कुड़ी नु ते नूर नु लेके तू निकल जा, तेरे बॉस ने तेनू खत्म करवा देना, बग्गे होनी तेनू मारन आ रहे ने। ओए बग्गे दी इन्नी औकात जेड़ा मेरे वाल अख भी चक के देख सके? नहीं प्रतापिया, बाबे ने तेरी थां ते बग्गे नु गैंग दा लीडर बना दिता है। मैं देखदा बग्गे नु। पर फिर तू इदा कर, फिर नूर नु लेके जल्दी इत्थों चली जा। चली जावा? तेनू इस गल दा के छड़ के चली जा। बहस तगड़ा नहीं पुत्तर, समाज नु तेरी बहुत लोड़ हती है, तू चली जा, बस चली जाती है। क्यों किथे भेजता प्रजा? उस मार के गल करो बगिया, किते हत्थां दियां दित्तियां दंदा ना ना खुलड़ियां पै जान। चुप मर सा पिया, हुण इह सारे गैंग दा लीडर मैं आ, मैं ते मेरे इक है, तैनूं इह सारे तारो तार कर देणगे, तारो तार। देखी बगिया, किते दही दे भुलेखे कपाह दी फुटी नूं ना मूंह च पा ली। ਸੀ ਨਾ ਇੱਥੇ ਆਉਣ ਦੇ ਸੌ ਰਸਤੇ ਆ, ਔਰ ਜਾਣ ਦਾ ਇੱਕੋ ਹੀ। ਮੌਤ ਮੌਤ हालत बहुत खराब है, तू इत्थे बैठी, मैं एम्बुलेंस लेके आनी हूं। हाय 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 ना करो करो, वैगरू वैगरू करो करो, सत कहा कहा के बड़े हुंदे ने।
पानी पानी ਸਰਦਾਰ ਬਣ ਹਾਂ ਹੱਸ ਰਹੇ ਨਾ ਤੂੰ ਹੱਸ ਰਹੇ ਨਾ ਤੂੰ ਤੂੰ ਮਾਰ ਕੇ ਨੂੰ ਹੱਸ ਰਹੇ ਜਾ ਕੇ ਆਪਣੇ ਘਰ ਵੇਖ ਤੇਰੇ ਘਰ ਵੀ ਉਸ ਮਾਲਕ ਨੇ ਕੀ ਘਰ ਵਰਤਾ ਕੇ ਰੱਖ ਦਿੱਤਾ ਹੈ ਜਾ ਵੇਖ ਜਾ ਕੇ ਆਪਣੇ ਘਰ मर चुके मर चुकी माता जी पुत्र कपुत्र हो जाते ने मापे को मापे कदे नहीं बनते तू की जाने पुत जेड़ी दुख बदनामी ने मैनु दित्ती है ना मैं ही जान दी नशिया बारे सुन सुन के मैं पत्थर हो गई उस बेगैरत ने किसी की घर की इज्जत हाथ पाया है ये मेरे सामने होवे ना मैं गल घोट के उन्हें मार दिया माता जी मैं उही लड़की हाँ जिसनू उसने चक्या सी पर उसनू अपने किते दी बड़ी सजा मिल चुकी है फिर भी अगर तुसी सजा देना चाहते हो तो घुट दो उसका गल देखो ना जिंदिया च ते ना मोयां च मंदे कमी नानका जद कद मंदा होए देख ले पुत्र बुरे कम्मा दे बुरे नतीजे निकल दे ने मैं तेनु ना हुण किते नहीं जान देना कदे भी नहीं जान देऊंगी शुक्र है रब दा तू जिउंदा जागदा घरे आ गया मैं सदके जावा मैं बारे जावा मेरे पुत्र तो चंगा सपना कतापुर नीपो नीव कात्म नीजाबं गुरुपाचा जापास निकास साविचत नन कोसिवी विसच शाबाश चावां मलारा नाल मेरा व्याह कर दिता
ਤੇ ਬਸ 2 ਕੁ ਸਾਲਾਂ ਬਾਅਦ ਹੀ ਇੱਕ ਕਾਰ ਦੁਰਘਟਨਾ ਵਿੱਚ ਜੋ ਬਜੋ ਸੋ ਬਿਨ ਸਹਿ ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਦੇ ਛਾੜ ਸਗਲ ਜੰਜਾਲ ਪੁੱਤ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਉਹੀ ਹੁੰਦਾ ਪੁੱਤ ਫਿਰ ਕੀ ਹੋਇਆ ਫਿਰ ਕੀ ਹਰ ਨੂਰ ਮੇਰੀ ਜ਼ਿੰਦਗੀ ਅਤੇ ਮਰੀਜ਼ਾਂ ਦੀ ਸੇਵਾ ਕਰਨਾ ਹੀ ਮੇਰਾ ਮਕਸਦ ਬਹਿ ਗਿਆ ਜੇ ਪੁੱਤ ਜਿੱਥੇ ਇੰਨੀ ਗੁਰਪ੍ਰਤਾਪ ਦੀ ਸੇਵਾ ਕੀਤੀ ਹੈ ਨਾ ਪੁੱਤ ਉੱਥੇ ਮੇਰਾ ਇੱਕ ਕੰਮ ਹੋਰ ਕਰ ਦਿਓ ਹੁਕਮ ਕਰੋ ਵੀਰ ਜੀ ਤੂੰ ਨਾ ਗੁਰਪ੍ਰਤਾਪ ਨੂੰ ਸੱਚਖੰਡ ਹਰਿਮੰਦਰ ਸਾਹਿਬ ਲੈ ਜਾ ਅਤੇ ਉੱਥੇ ਨਾ ਦੁੱਖ ਭੰਜਣੀ ਬੇਰੀ ਹੇਠ ਇਸ਼ਨਾਨ ਕਰਾ ਦੇ ਤੈਨੂੰ ਪਤਾ ਜਿਹੜਾ ਵੀ ਨਿਸ਼ਚਾ ਕਰਕੇ ਅੱਜ ਵੀ ਉੱਥੇ ਜਾਂਦਾ ਨਾ ਉਹਦੇ ਸਭ ਦੁੱਖ ਰੋਗ ਕੱਟੇ ਜਾਂਦੇ ਨੇ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਇਹਨਾਂ ਝੂਠੀਆਂ ਵਿਸਾਖੀਆਂ ਦਾ ਸਹਾਰਾ ਤੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਸਹਾਰਾ ਲੈ ਵਾਹਿਗੁਰੂ ਵਾਹਿਗੁਰੂ ਉੱਠ ਤੇਰੇ ਜਗ ਜੀਵਣਾ ਮੇਰੇ ਠਾਕੁਰਿਆ ਗੁਮ ਆਗਾਦ ਉੱਠ ਤੇਰੇ ਜਗ ਜੀਵਣਾ ਮੇਰੇ ਠਾਕੁਰਿਆ ਗੁਮ ਆਗਾਦ ਪਏ ਕਿਰਪਾਲ ਗੁਸਾਈਆਂ ਪਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾ ਦੁੱਖ ਭੰਜਨ ਤੇਰਾ ਭਗਵਾਨ ਨੇ ਕੁੜੀ ਆਈ ਤੇ ਨੀ
पर मेरे हुण दिमाग ते बोझ भी नहीं रहा। परावणे आ तेरी आ जलेबी मांगू घुमा के गल करन दी आदत नहीं गई तेरी। बापू जी सीधी तरह दसो भी की बने आ। आहो कुड़ी तां आई नहीं फिर बोझ किवें लै गया? ओ भाई ओ कहिंदी आ जिन्ना चिर गुरपुर प्रताप बिल्कुल ठीक नहीं ना हो जांदा उन्ना चिर नहीं मैं आउणा। ਉਹ ਤੇ ਹਰਨੂਰ ਤੇ ਉਸ ਟੱਬਰ ਚ ਬਿਲਕੁਲ ਹੀ ਰਾਜਮੇ ਚ ਗਏ ਆ। ਮੇਰਾ ਤਾਂ ਮਨ ਹੀ ਬੜਾ ਖੁਸ਼ ਹੋਇਆ ਤੈਨੂੰ ਵੇਖ ਕੇ। ਸ਼ੁਕਰ ਹੈ ਭਾਈ ਤੈਨੂੰ ਖੁਸ਼ ਸੱਚ ਮੈਂ ਕਰਦੀਆਂ ਹੋਰ ਪਰਾਉਣਿਆਂ। ਲੈ ਐਂ ਕਰ ਕੁੜੀਏ ਆ ਰੱਖ ਇੱਧਰ ਕੱਪ ਥੱਲੇ ਤੇ ਤੂੰ ਇੱਧਰ ਹੋ ਜਾ। ਲੈ ਤੂੰ ਕੱਪ ਇੱਧਰ ਬਸ ਜਾ। ਲੈ ਹੋ ਤੂੰ ਵੀ ਹੋ ਜਾ ਇੱਧਰ। ਲੈ ਮੈਂ ਇੱਧਰ ਹੋ ਜਾਣਾ ਬੀਬੀ। ਏ ਉਹ ਨਹੀਂ ਹੈਗਾ ਆਪਣਾ ਕਲਾਕਾਰ ਉਹ ਕਿਹੜਾ ਕਹਿੰਦੇ ਹੁੰਦੇ ਨੇ ਉਹਨੂੰ ਉਹ ਆਪਣਾ ਦੇਸੀ ਮੈਸ। ਉਹ ਦੇਸੀ ਮੈਸ ਨਹੀਂ ਬੀਬੀ हिली जानी गा के सुना गा गाँ म्यूजिक चलता सीगा म्यूजिक हुंदा ਫਿਰ ਉਹ ਕਹਿੰਦਾ ਹੁੰਦਾ ਕੋਈ ਕੀਲ ਕੋਈ ਕੀਲ ਫਸੇਰਾ ਲੈ ਜੂਗਾ ਨੀ ਨਾਗ ਸਾਹਿਬ ਲੈ ਪੁੱਤਾਂ ਦੇ ਚਲ ਮੰਨ ਗਈ ਚਲ ਭਾਈ ਮੰਨ ਗਈ ਕਲਾਕਾਰ ਉਹਦੀ ਹਿੱਕ ਦੀ ਜੋ ਅਸਰ ਆ ਗਿਆ ਮੈਂ ਤਾਂ ਉਹਨਾਂ ਤੇ ਹੈਰਾਨ ਆ ਭਾਈ ਜਿਹੜੇ ਪਿੱਛੇ ਖੜੇ ਕਰਦੇ ਨੇ ਹਾਏ 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 ਕਿ ਤੁਹਾਡੇ ਦੱਸ ਕੀ ਖੰਜਰੋਂ ਤੱਤਾ ਖੁਰਚਣਾ ਲੱਗਦਾ नौकरी से चले मन ला के काम करी जे मालक उची नी कोई गल कह देना तो सबर करी दा तो नौकरी तो नखरा का वाहेगुरु भली करूगा। तुसी फिकर ना करो सब ठीक हो जू मैं ध्यान रखू। ध्यान तो तेरा असी रखा गे मल्ला चल बतेरा आराम फरमा लिया चल आके साम अपनी सरदारी चल मेरा शेर आ जा आ जा आ जा साडा गुर प्रताप हुण तेरे नाल ही जाऊगा। अरे पड़े जा तू आ कुड़िए जिद्दां दी तू आई आ साडा सारा कारोबार तू हरा के रखा। क्यों कुड़ी नूं घोरी जांदा खबरदार जे मुंडे नूं हसला गया भाई जो इथों। अच्छा ਬੜੀ ਵੱਡੀ ਫੌਜ ਤਿਆਰ ਕਰ ਲਈ ਪ੍ਰਤਾਪਿਆ ਲੱਗਦਾ ਉਂਗਲ ਟੇਡੀਓ ਕਰਨੀ ਪੈਣੀ ਆ। ਓਏ ਵੱਧ ਤੋਂ ਵੱਧ ਤੂੰ ਮੈਨੂੰ ਮਾਰ ਹੀ ਦੇਵੇਂਗਾ ਨਾ ਮੈਂ ਮੌਤ ਤੋਂ ਨਹੀਂ ਡਰਦਾ ਮੈਂ ਉਸ ਹਨੇਰੇ ਖੂਨ ਫੇਰ ਹੀ ਜਾਣਾ। ਪਰ ਕਲੇਸ਼ ਦੀ ਚੜਤਾ ਤੂੰ ਹੈ ਕੁੜੀਏ ਬਾਬਾ मेरे सारे कर्मा का तेरे ते परछावा पै ही देना पर मैं तेन हूं मर नहीं देना तू गुरकीरत अस्पताल लेके जा मैं सब देख दिया। वाहेगुरु तेरे लाख लाख शुक्र है जिसके सिर ऊपर तू सभी सो दुख कैसे पावे। बेटे देख बेटे रोना ਪਤੀ ਮੰਮੀ ਠੀਕ ਹੋ ਗਈ ਲੈ ਆਵਾ ਨਾ ਅੰਦਰ ਕਰਮਿਆ ਤੂੰ ਕਰਮਾ ਨਹੀਂ ਇੰਸਪੈਕਟਰ ਕਰਮਦੀਪ ਸਿੰਘ ਮੈਂ ਤਾਂ ਤੁਹਾਡੇ ਗੈਂਗ ਦਾ ਪਰਦਾਫਾਸ਼ ਕਰਨ ਲਈ ਤੁਹਾਡੇ ਚ ਰਲਿਆ ਸੀ
हाँ जी गुरकीरत जी, यही बाबा सी जिन्हें तुहाडे छुरा मारिया। ये तुसी की कह रहे हो इंस्पेक्टर साहब, मैनू ते किसी ने छुरा नहीं मारिया। देखो तुहानू डरन दी बिलकुल लोड़ नहीं, बस एक वारी कह दिओ कि इसे बाबे ने छुरा मारिया, फिर देखियो इहो जिहियां धारां लाओ कि सारी उम्र ये बाहरली हवा लैण नू तरस जू। बीजी सब्जी कट रहे सी, मेरा पैर तिलक गया ते मैं दाती ते डिग गई। ठीक है जिवें तुहाडी मर्जी। ठहरो इंस्पेक्टर साहब, तुसी अपने असली मुजरिम नू तां नाल जाणा भुल ही गए। हाँ तुहाडा मुजरिम। ओ नहीं, मैं जिस प्रतापे दी भाल च सी ओ तां कदों दा खतम हो चुक्या, नाले कानून दा काम तां जुर्म खतम करना है, मुजरिम नू नहीं। चलो भाई। गुरकीरत तेन झूठ बोलन दी की लोड़ सी? मम्मा दी झूठ बोलना पाप हुंदा। नहीं पुत, जेड़ा झूठ किसी दी जान बचावे ओनू तां वाहिगुरू वी माफ कर दिंदा है। भैण मेरी, मैंने पता झूठ किसे डर करके नहीं बोलिया, सगो साढ़े अगे कोडे राक्षसां नू सीधे राह पाउण लई बोलिया। सानू माफ करी, असीं माड़े काम चढ़ गए, सारा जीवन गुरु घर दे लेके लावांगे। मेरी हाथ बन के तुहाडे अगे बेनती है, तुहाडी धी है ना गुरकीरत, मैं इसनू अपने घर का शिंगार बनाना चाहुंदी हां, मैनू ना लग रहा, मेरी झोली विच पा दिओ। भैन जी तुसी ते मेरे दिल की गल बुझ ली है, तुहानू बहुत बहुत बधाई। धन्यवाद, बहुत बहुत बधाईआं जी। ਬਾਬਾ ਜੀ ਤੁਸੀਂ? ਉਹ ਕਾਹਦਾ ਬਾਬਾ ਭਾਈ, ਬਾਬਾ ਤਾਂ ਇੱਕੋ ਹੀ ਆ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹ ਭਾਈ ਅਸੀਂ ਤਾਂ ਬਹੁਤ ਭਟਕ ਹੋਏ ਸੀ, ਤੂੰ ਤਾਂ ਸਾਰੇ ਸਿੱਧੇ ਰਾਹ ਪਾਤੇ, ਆਹ ਦੇਖ ਲੈ। ਨਾਲੇ ਆਹ ਤੂੰ ਬਹੁਤ ਵਧੀਆ ਕੀਤਾ, ਜਿਹੜਾ ਪ੍ਰਤਾਪੇ ਨੂੰ ਆ ਗੁਰੂ ਵਾਲਾ ਬਣਾਤਾ। ਪੁਸਕਾ, ਹਾਂ ਬੇਬੇ, ਦੇਖ ਲੈ ਕੁੜੀ ਦੀ ਸਿਆਣਪ ਤੇ ਬਹਾਦਰੀ, ਜਮਾ ਨਾਨਕਿਆਂ ਤੇ ਗਈ ਆ, ਨਾਨਕਿਆਂ ਤੇ। ਆਪਣੀ ਕੁੜੀ ਦੀ ਕੁੜਮਣੀ ਨੀ ਦੀ ਕੁੜਮਣੀ, ਓਏ ਆਪਾਂ ਤਾਂ ਦਾਦੀ ਪੋਤਾ ਪਿੱਛੇ ਰਹਿ ਗਏ। ਲੈ ਆ ਹੁੰਦੀ ਆ ਉਹ ਨੂਰ ਨੂੰ ਗੋਦੀ ਚੱਕੀ। उठ के अमृत वेले जी, गुरु द्वारे नित मैं जावा, सा संगत करा मेले जी। रोज पढ़ा मैं पंज बाणिया, के अमृत वेले जी, गुरु द्वारे नित मैं जावा।